ਲੋ ਜੀ ਵੱਡੀ ਈਦ ਆ ਗਈ ਤੇ ਘਰਦਿਆਂ ਨੂੰ ਦੱਸ ਦਿੱਤਾ ਅੱਜ ਬੱਕਰਾ ਨਹੀਂ ਬੱਬਰ ਸ਼ੇਰ ਲੈ ਕੇ ਆਵਾਂਗੇ। ਸੜ ਭੁੰਨ ਜਾਣਗੇ ਰਿਸ਼ਤੇਦਾਰ ਤੇ ਸਾਰਾ ਸਾਲ ਗੋਸ਼ਤ ਖਾਵਾਂਗੇ। ਪੂਰੇ ਮੁਹੱਲੇ ਨੂੰ ਵੰਡਾਂਗੇ ਤੇ ਬੱਲੇ ਬੱਲੇ ਹੋਏਗੀ, ਹਰ ਯਾਰ ਦੀ ਦਾਵਤ ਹੋਏਗੀ ਤੇ ਕੱਲੇ ਕੱਲੇ ਹੋਏਗੀ। ਸਸੁਰਾਲ ਵਾਲੇ ਵੀ ਜਦੋਂ ਬੱਕਰੇ ਦੀ ਤਸਵੀਰ ਮੰਗਾਵਣਗੇ, ਸਾਡਾ ਬੱਬਰ ਸ਼ੇਰ ਵੇਖ ਕੇ ਖਸ਼ ਖਾ ਜਾਵਣਗੇ। ਬੇਗਮ ਨੂੰ ਕਿਹਾ ਕਿ ਦੋ ਵੱਡੇ ਲੰਗੜ ਤਿਆਰ ਕਰ ਤੇ ਸਾਡੇ ਬੱਬਰ ਸ਼ੇਰ ਦਾ ਥੋੜਾ ਇੰਤਜ਼ਾਰ ਕਰ। ਆਖਰੀ ਦਿਨ ਵਪਾਰੀ ਕੱਲੇ ਕੱਲੇ ਹੋਣਗੇ ਤੇ ਬੱਕਰਿਆਂ ਦੇ ਰੇਟ ਵੀ ਥੱਲੇ ਥੱਲੇ ਹੋਣਗੇ। ਕਸਾਈ ਨੂੰ ਵੀ ਇਨਫੋਰਮ ਕੀਤਾ, ਜਵਾਨ ਜਾਨਵਰ ਸਾਡਾ ਏ, ਵੱਡਾ ਛੁਰਾ ਤੇਜ਼ ਰੱਖੀ, ਐਤਕੀ ਕੰਮ ਡਾਢਾ ਏ, ਵੱਡਾ ਕਿੱਲਾ ਮੋਟੀ ਸੰਗਲ ਗਲਦਾ ਪੱਟਾ ਲੈ ਆਇਆ, ਬੱਚਿਆਂ ਵੀ ਘੁੰਗਰੂ ਹਾਰ ਘੰਟੀਆਂ ਦਾ ਸੈੱਟ ਮੰਗਵਾਇਆ। ਲੋ ਜੀ ਜੇਬ ਵਿੱਚ ਪੈਸੇ ਸਨ ਤੇ ਦਿਲ ਵਿੱਚ ਅਰਮਾਨ ਸਨ, ਇਸ ਸ਼ਾਹ ਖਰਚੀ ਤੇ ਘਰ ਵਾਲੇ ਵੀ ਪਰੇਸ਼ਾਨ ਸਨ। ਘਰੋਂ ਥੋੜਾ ਹੀ ਦੂਰ ਇੱਕ ਬੱਕਰ ਮੰਡੀ ਸੀ, ਜਿਹੜੀ ਮੇਰੇ ਮੁਤਾਬਿਕ ਹੋਣੀ ਚਾਹੀਦੀ ਠੰਡੀ। ਪਹਿਲੇ ਵਪਾਰੀ ਨੂੰ ਆਰਡਰ ਲਾਇਆ, ਜਵਾਨ ਬੱਕਰੇ ਵਿਖਾ ਭਾਈ, ਜਿਹਨੂੰ ਹੱਥ ਪਾਉਣ ਤੋਂ ਪਹਿਲਾਂ 100 ਵਾਰੀ ਸੋਚੇ ਪਸਾਈ। ਬੱਕਰੇ ਵੇਖੇ, ਚਿੱਟੇ ਚਿੱਟੇ, ਮੋਟੇ, ਉੱਚੇ, ਲੰਮੇ, ਰੇਟ ਸੁਣ ਕੇ ਜਵਾਨਾਂ ਦਾ ਇੱਕ ਇੱਕ ਲੱਤ ਮੇਰੀ ਕੰਮੇ। ਬੱਕਰੇ ਬੇਸ਼ੱਕ ਸੋਹਣੇ ਸਨ ਪਰ ਰੇਟ ਆਸਮਾਨਾਂ ਤੇ। ਅਸੀਂ ਸੁਣ ਕੇ ਅੱਗੇ ਵਧੇ, ਲਾਨਤ ਇਹੋ ਜਿਹੇ ਜਵਾਨਾਂ ਤੇ। ਦੂਜਾ, ਤੀਜਾ, ਚੌਥਾ, ਪੰਜਵਾਂ, ਹਰ ਬੱਕਰਾ ਹੀ ਮਹਿੰਗਾ ਸੀ, ਭਾਵੇਂ ਨੀਲੀਆਂ ਅੱਖਾਂ ਵਾਲਾ, ਭਾਵੇਂ ਉਹ ਮਹਿੰਗਾ ਸੀ। ਪਤਾ ਚੱਲਿਆ ਆਖਰ ਵਿੱਚ ਇੱਕ ਵਪਾਰੀ ਬੈਠਾ ਹੈ, ਜੋ ਸ਼ੇਰ ਮੈਨੂੰ ਚਾਹੀਦਾ ਉਹਦਾ ਸ਼ਿਕਾਰੀ ਬੈਠਾ ਹੈ। ਮਿਲ ਗਿਆ ਸਾਨੂੰ ਵਪਾਰੀ ਤੇ ਰੇਟ ਵੀ ਤੈਅ ਹੋ ਗਿਆ। ਬੱਬਰ ਸ਼ੇਰ ਦਾ ਫੋਟੋ ਤੇ ਹੀ ਸੌਦਾ ਫਾਈਨਲ ਹੋ ਗਿਆ। ਬੱਬਰ ਸ਼ੇਰ ਨੇ ਅੱਜ ਰਾਤੀ ਸਿੰਧ ਤੋਂ ਇੱਥੇ ਆਉਣਾ ਸੀ, ਐਡਵਾਂਸ ਬੁਕਿੰਗ ਤੇ ਵਪਾਰੀ ਨੇ ਕਮਾਉਣਾ ਸੀ ਜੋ ਕਮਾਉਣਾ ਸੀ। ਹੋਮ ਡਿਲੀਵਰੀ ਫਾਈਨਲ ਹੋਈ, ਐਡਰੈਸ ਅਸੀਂ ਦੇ ਦਿੱਤਾ। ਬੱਬਰ ਸ਼ੇਰ ਪਹੁੰਚਦੇ ਹੀ ਉਹਨੇ ਸਾਨੂੰ ਭੇਜ ਦਿੱਤਾ। ਕੈਂਟੀ ਵਜੀ ਤੇ ਸੋਚਿਆ ਕਿ ਸਾਡਾ ਹੀ ਟਰੱਕ ਹੋਏਗਾ, ਇੰਨੀ ਖੁਸ਼ੀ ਮਿਲ ਜਾਵੇ ਅੱਜ ਕਿਹੜਾ ਪਾਗਲ ਸੋਏਗਾ। ਬੂਹਾ ਖੋਲਿਆ ਤੇ ਸਾਈਕਲ ਫੜ ਕੇ ਬੰਦਾ ਇੱਕ ਖਲੋਤਾ ਸੀ। ਸ਼ੇਰ ਕਰੀਅਰ ਤੇ ਬਣਿਆ ਸੀ ਮਗਰ ਥੋੜਾ ਛੋਟਾ ਸੀ। ਖੈਰ, ਜਵਾਨ ਸਾਹਿਬ ਦੀ ਆਮਦ ਤੇ ਕਾਕਿਆਂ ਦਾ ਸ਼ੋਰ ਵੇਖਿਆ। ਕਾਕਿਆਂ ਵੀ ਜਵਾਨ ਬੱਕਰਾ ਟੈਮ ਲਾ ਕੇ ਬਹੋਰ ਵੇਖਿਆ। ਫਿਰ ਉੱਚੀ ਜਿਹੀ ਬੋਲੇ, ਅੰਮਾ ਬਾਰ ਬੱਬਰ ਸ਼ੇਰ ਆਇਆ ਹੈ, ਜਿਉਂ ਜਿਹਾ ਪਿਛਲੀ ਵੇਰੀ ਸੀ ਇੱਕ ਵਾਰੀ ਫੇਰ ਆਇਆ ਹੈ। ਬੱਕਰੇ ਨੂੰ ਪੱਟਾ ਪਾਇਆ, ਦੁਨੀਆ ਵੀ ਘਬਰਾ ਗਈ, ਸੰਗਲ ਨਾਲ ਬੰਨਣ ਲੱਗਾ ਤੇ ਸੰਗਲ ਵੀ ਸ਼ਰਮਾ ਗਈ। ਮਾਸੂਮ ਬੱਕਰਾ ਬੰਨੇ ਫੌਰਨ ਥੱਲੇ ਬਹਿ ਗਿਆ। ਸੱਚ ਐਸੀ ਕਿ ਸੰਗਲ ਦੇ ਵਜ਼ਨ ਨਾਲ ਉਹ ਢਹਿ ਗਿਆ। ਬਹੁਤ ਬੱਕਰੇ ਮੁੱਲ ਲਏ, ਇਹ ਸਭ ਤੋਂ ਵੱਖਰਾ ਸੀ। ਬਿੱਲੀ ਤੋਂ ਵੀ ਪਤਲਾ ਸੀ, ਏਡਾ ਸਮਾਰਟ ਬੱਕਰਾ ਸੀ। ਅਗਲੇ ਦਿਨ ਕਸਾਈ ਸਾਹਿਬ ਵੱਡਾ ਛੁਰਾ ਲੈ ਕੇ ਆਏ। ਕੋਸ਼ਿਸ਼ ਉਹਦੀ ਇਹ ਹੀ ਸੀ ਕਿ ਜਲਦੀ ਜਲਦੀ ਜਾਨਵਰ ਢਾਏ। ਮੈਂ ਬਾਲਾਂ ਨੂੰ ਕਿਹਾ ਕਿ ਬੱਕਰੇ ਨੂੰ ਇੱਥੇ ਖੜੋ, ਕੁਰਬਾਨੀ ਦਾ ਟਾਈਮ ਹੈ ਤੇ ਆ ਕੇ ਇਹਦੀਆਂ ਲੱਤਾਂ ਖੜੋ। ਕਸਾਈ ਨੇ ਬੱਕਰਾ ਵੇਖਿਆ,
ਤੇ ਵੱਡਾ ਛੁਰਾ ਰੱਖ ਦਿੱਤਾ। ਮੈਨੂੰ ਲੰਮੀ ਘੂਰੀ ਪਾਈ ਤੇ ਟ੍ਰੀਟ ਪਲੇਡ ਕੱਢ ਲਿੱਤਾ। ਬੱਕਰੇ ਨੂੰ ਫੂਕ ਮਾਰੀ, ਬੱਕਰਾ ਪਰਾਂ ਢਹਿ ਗਿਆ। ਜਵਾਨ ਬੱਕਰਾ ਮਰਨ ਤੋਂ ਪਹਿਲੇ ਇਹ ਵੀ ਜ਼ਿਲਤ ਸਹਿ ਗਿਆ। ਏਡਾ ਜਵਾਨ ਜਾਨਵਰ ਸੀ, ਵੱਧ ਵੱਧ ਫਿਰ ਵੀ ਲੱਤਾਂ ਮਾਰੇ। ਜੇਬ ਵਿੱਚ ਰਬੜ ਬੈਂਡ ਤੋਂ ਕੱਢੇ, ਉਹਦੀ ਲੱਤਾਂ ਉੱਤੇ ਚਾੜੇ। 3 ਮਿੰਟਾਂ ਬਾਅਦ ਹੀ ਬੱਕਰਾ ਸਾਹਿਬ ਠੰਡੇ ਸਨ। ਇਹਨੂੰ ਲਟਕਾਉਣ ਵਾਸਤੇ ਰੱਸੇ ਚੰਗੇ ਬੰਨੇ ਸਨ। ਖੱਤ ਨਾਲ ਚੱਕ ਕੇ ਹੀ ਰਸਾਈ ਨੇ ਖੱਲ ਲਾ ਦਿੱਤੀ। ਓਜਰੀ ਘੱਬਰ ਸਭ ਕੱਟ ਕੇ ਲੱਗੜ ਵਿੱਚ ਪਾ ਦਿੱਤੀ। ਪੈਸੇ ਲੈ ਕੇ, ਗੋਸ਼ਤ ਲੈ ਕੇ ਕਸਾਈ ਸਾਹਿਬ ਨੱਸ ਗਏ। ਬਾਕੀ ਗੋਸ਼ਤ ਵੇਖਿਆ ਤੇ ਲੈਣ ਆਲੇ ਹੱਸ ਪਏ। ਦੋ ਹੀ ਆਪਸ਼ਨ ਬਣਦੇ ਸਨ, ਸਿਰੀ ਸੀ ਜਾਂ ਪਾਏ ਸਨ। ਮੌਜੂਦਾ ਸੂਰਤ ਹਾਲ ਵਿੱਚ ਇਹੀ ਸਾਡੇ ਸਰਮਾਏ ਸਨ। ਮੰਗਣ ਆਲਿਆਂ ਫਿਰ ਉਲਟਾ ਸਾਨੂੰ ਆਪਣਾ ਇੱਕ ਇੱਕ ਸ਼ੋਪਰ ਦਿੱਤਾ। ਸਿਰੀ ਸਾਡੀ 3 ਦਿਨ ਚੱਲੀ, ਪਾਵਿਆਂ ਦਾ ਫਿਰ ਸ਼ੋਰਾ ਪੀਤਾ।